हाँ जी बिल्कुल ऐसा मुसाफिर अभी गलबात की अभी इन्होंने भी कहते तो गेड़ा मार के जाओ हॉस्पिटल नहीं चलता भापड़े बनाने की जी तजवीज है उसे गलबात है जी साझी कर सो उस वास्ते एस एम ओ साहब ने फोन करके जरा है असं डिस्कस करनी चाहते सो उसके समर्थी से हॉस्पिटल वधिया नवा बनया हुआ हॉस्पिटल है पर छोटा क्योंकि वो पॉपुलेशन के हिसाब में देखी बिल्डिंग अपना स्टाफ सारिया कमियां रखिया ने पूरा भरोसा दवाया ਵੀ ਤੁਸੀਂ ਮੇਰੇ ਕੋਲ ਚੰਡੀਗੜ੍ਹ ਆ ਜਾਓ ਆਪਾਂ ਉੱਥੇ ਕਰਕੇ ਤੁਹਾਡਾ ਸਾਰੀਆਂ ਪ੍ਰੋਬਲਮਸ ਦੂਰ ਕਰਾਂਗੇ ਆਪਣੀ ਡਿਮਾਂਡ ਸੀ ਇੱਕ ਤਾਂ ਡਾਕਟਰਸ ਹੋਰ ਰਹੇ ਹੋਣੇ ਆ ਜੀ ਸਟਾਫ ਮੈਂਬਰਸ ਹੋਰ ਅਤੇ ਇੱਕ ਬਿਲਡਿੰਗ ਦਾ ਅਤੇ ਕੁਛ ਆਪਾਂ ਨੂੰ ਫੰਡਸ ਚਾਹੀਦੇ ਆ ਬਲੱਡ ਬੈਂਕ ਦੀ ਡਿਮਾਂਡ ਹੈਗੀ ਆ ਪਰ ਉਹ ਪੇਰੈਂਟਸ ਆਪਣੇ ਕੋਲ ਨਾ ਜਦੋਂ ਪੈਥੋਲੋਜਿਸਟ ਪੋਸਟ ਹੋਣਗੇ ਉਸ ਤੋਂ ਬਾਅਦ ਹੋ ਸਕਦੀ ਹੈ ਹੁਣ ਜਿੰਨੀ ਦੇਰ ਪੈਥੋਲੋਜਿਸਟ ਨਹੀਂ ਆਉਂਦੇ ਕੋਈ ਉੱਨੀ ਦੇਰ ਆਪਾਂ ਡਿਮਾਂਡ ਨਹੀਂ ਕਰ ਸਕਦੇ ਭਈਆ ਮਹਿਜ਼ 5 ਮਹੀਨੇ ਹੋਏ ਨੇ ਸੋ ਅਸੀਂ ਚਿੰਤਤ ਹਾਂ ਹਰ ਇੱਕ ਹੌਸਪੀਟਲ ਨੂੰ ਚੰਗਾ ਹੌਸਪੀਟਲ ਬਣਾਉਣ ਵਾਸਤੇ ਔਰ ਜਿਹੜਾ ਮਲੇਰਕੋਟਲੇ ਦਾ ਹੌਸਪੀਟਲ ਆ ਉਹਨੂੰ ਚੰਗਾ ਡਿਸਟ੍ਰਿਕਟ ਦਾ ਹੌਸਪੀਟਲ ਵਧੀਆ ਬਣਾ ਕੇ ਦੇਵਾਂਗੇ ਅਸੀਂ ਅੱਜ ਹੀ ਜਿਹੜੀ ਹੈਗੀ ਆ ਉੱਥੇ ਡਿਸਕਸ ਕੀਤੀ ਆ ਔਰ ਜਿੱਥੇ ਵੀ ਉਹ ਜਿਹੜੀ ਫਾਈਲ ਹੈ ਉਹਨੂੰ ਜਲਦੀ ਤੋਂ ਜਲਦੀ ਪ੍ਰੂਵ ਕਰਾ ਕੇ ਇੱਥੇ ਜਿਹੜਾ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਉਹ ਵੀ ਸ਼ੁਰੂ ਕਰਾਵਾਂਗੇ ਹਾਂਜੀ ਸਰ ਸਾਡੇ ਵੱਲੋਂ ਤਾਂ ਸਾਰੀਆਂ ਤਿਆਰੀਆਂ ਨੇ ਸਾਡੇ ਤਾਂ ਫੰਡ ਵੀ ਸਾਰਾ ਕੁਛ ਆਇਆ ਪਿਆ ਕੋਈ ਇਹੋ ਜਿਹੀ ਗੱਲਬਾਤ ਨਹੀਂ ਬਸ ਕੋਈ ਮਾੜਾ ਮੋਟਾ ਕੋਈ ਜਿਹੜੀ ਅੜਚਣ ਆ ਉਹ ਜਿੰਨੀ ਜਲਦੀ ਦੂਰ ਹੋ ਜੂਗੀ ਉਨੀ ਜਲਦੀ ਹੈ ਜਿਹੜਾ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਸਰ ਕੰਮ ਸਾਰੀ ਕਰਾਂਗੇ ਕੋਈ ਕੰਮ ਨਹੀਂ ਛੱਡਣਾ ਚਾਹੇ ਐਜੂਕੇਸ਼ਨ ਹੋਵੇ ਹੈਲਥ ਹੋਵੇ ਜਾਂ ਹੋਰ ਸੀਵਰੇਜ ਬੋਰਡ ਦਾ ਹੋਵੇ ਕੋਈ ਵੀ ਕੰਮ ਹੋਵੇ ਸਾਰੇ ਕਰਾਂਗੇ ਹਾਂ ਇਹ ਜ਼ਰੂਰ ਹੈ ਅਸੀਂ ਕੰਮ ਤਸੱਲੀ ਬਖਸ਼ ਕਰਨਾ ਚਾਹੁੰਦੇ ਹਾਂ ਇਹ ਨਹੀਂ ਹੈ ਸਾਲ ਦਾ 2 ਸਾਲ ਦਾ ਕੰਮ ਲੈ ਕੇ ਚੱਲਾਂ ਅਸੀਂ ਪਲਾਨਿੰਗ ਲੈ ਕੇ ਚੱਲਾਂ ਘੱਟੋ ਘੱਟ 50 ਸਾਲ ਦੀ ਤਾਂ ਕਿ ਕੋਈ ਵੀ ਕੰਮ ਛੇੜੀਏ ਤਾਂ ਮੁੜ ਕੇ ਸਾਨੂੰ ਉਸ ਪਾਸੇ ਵੱਲ ਦੇਖਣ ਦੀ ਲੋੜ ਨਾ ਪਵੇ ਜੋ ਸੀਵਰੇਜ ਦਾ ਕੰਮ ਹੋਵੇ ਜਾਂ ਬਿਜਲੀ ਦਾ ਕੰਮ ਜਾਂ ਹੋਰ ਕੋਈ ਵੀ ਕੰਮ ਹੈ ਉਹਦੀ ਲੰਬੀ ਜਿਹੜੀ ਪਲਾਨਿੰਗ ਹੈ ਲੰਬੀ ਹੋਵੇ ਸਰ ਮਲੇਰਕੋਟਲੇ ਸ਼ਹਿਰ ਦੇ ਵਿੱਚ ਆਪਣੇ ਸਿਵਲ ਹਸਪਤਾਲ ਵਿੱਚ ਕੋਈ ਵੀ ਡਾਕਟਰ ਨੇ ਇਸ ਟਾਈਮ ਪੰਜਾਬ ਦੀ ਗੱਲ ਕਰੀਏ ਸਰ ਕਦ ਤੱਕ ਭਰਤੀ ਹੋਏਗੀ ਆਮ ਡਾਕਟਰਾਂ ਦੀ ਤੇ ਸਟਾਫ ਦੀ ਪਹਿਲਾ ਸਵਾਲ ਕਿਹਨੇ ਪੁੱਛਣਾ ਸਰ ਪੰਜਾਬ ਦੇ ਵਿੱਚ ਸਰ ਜਿਹੜੀ ਕਮੀ ਆ ਰਹੀ ਹੈ ਡਾਕਟਰਾਂ ਦੀ ਸਟਾਫ ਦੀ ਕਦ ਤੱਕ ਪੂਰਾ ਹੋ ਸਕਦਾ ਸਰ ਦੇਖੋ ਅਸੀਂ ਆਪਦੇ ਵੱਲੋਂ ਲੱਗੇ ਹੋਏ ਹਾਂ ਅਤੇ ਸਾਡੀ ਕੋਸ਼ਿਸ਼ ਹੈ ਵੀ ਜਲਦੀ ਤੋਂ ਜਲਦੀ ਜਿਹੜੇ ਹਰ ਇੱਕ ਹਸਪਤਾਲ ਦੇ ਵਿੱਚ ਜਿਹੜੇ ਡਾਕਟਰ ਨੇ ਉਹ ਪੂਰੇ ਕੀਤੇ ਜਾਣ ਬਹੁਤ ਜਲਦੀ ਸਾਡੇ ਸਾਡਾ ਜ਼ਿਲ੍ਹੇ ਦਾ ਹਸਪਤਾਲ ਬਣ ਗਿਆ ਜ਼ਿਲ੍ਹੇ ਦੇ ਜਿਹੜੇ ਅਫਸਰ ਨੇ ਉਹ ਜੱਚਾ ਬੱਚਾ ਬਿਲਡਿੰਗ ਦੇ ਜਿੰਦ ਬੈਠੇ ਮਰੀਜ਼ਾਂ ਪੈਣ ਜਗ੍ਹਾ ਉਹਦੇ ਬਾਰੇ ਕੀ ਕਰ ਰਹੇ ਸਰ ਮੈਂ ਵਿਜ਼ਿਟ ਕਰੂੰਗਾ ਦੇਖੂੰਗਾ ਜੇ ਜਿਹੋ ਜਿਹੀ ਕੋਈ ਕਮੀ ਪੇਸ਼ੀ ਉਹ ਸਾਰੀਆਂ ਦੂਰ ਕਰਾਂਗਾ ਥੈਂਕ ਯੂ